व्यूअर्स वेलकम बैक इन अवर प्रोग्राम। जी डॉक्टर साहब, आज भी जो दूसरा टॉपिक आ गया, तुसी उस बारे की कहना चाहोगे? देखो, बहुत बार मीडिया किवें स्टोरीज़ नूं ब्लैकआउट करता है भारत च, और जेड़ा इस वेले सोशल अनरेस्ट है, समाज दे विच फैली हुई अफरा तफरी है, वो किवें एक पासे आरएसएस दे विचारधारक वन नेशन वन रेस वन पीपल हिंदू हिंदी हिंदुस्तान कश्मीर तो कन्याकुमारी तक हिंदुत्ववादी विचारधारा सारे हिंदू ने, जेड़े हिंदू नहीं ने क्रिश्चन मुसलमान सिख इन्हां दे एनसेस्टर हिंदू सी उहदे थले अपना जेड़ा है वो बिल्कुल जुल्म दी जेड़ी उन्होंने चक्की वो चलाई हुई है। पर दूसरे पासे जेड़ियां मुख तौर दे उत्ते जे असी बीते सदियां दा इतिहास देखिए उहदे च जेड़े गेम चेंजर रहे ने, जिन्हां ने दिल्ली तख्त नूं चैलेंज कीता है, जां जिन्हां ने किसे वेले पोलिटिकल सॉवरनिटी माणी और जेड़े सचमुच अणख वाले ने पर मुढ़ले तौर ते धरती नाल जुड़े हुए किसान खेती दे नाल संबंधित ने, उन्हां दे विच किस पद्धर दे उत्ते अनरेस्ट है और वह किवें हिंदुत्वा दियां धजियां उड़ा के अपने तौर दे उत्ते अपनी उस रेस नसल जां अपना समुदाय जिहदे लई शब्द इस्तेमाल करदे ने उहदे थले जथेबंद हो रहे ने, इस नूं किसे भी निरपक्ष विचारधारक लाइन वाले ने कोई गंभीरता की कदे इस दे उत्ते चर्चा भी नहीं करन दी कोशिश कीती। और असी समझदे हां कि सिख जदों पंजाब दे विच हुंदा है कि जी किसानां दी आत्म हत्या, सो जाहिर है किसान दा मतलब सिख है, लेकिन इस नूं इह जोड़िया जांदा है जी फजूल खर्ची और दिखावा और कोठियां बना लईआं और फलाना हो गया और ये ते वो, और किवें प्राउड सिख आत्मघात करन दे उत्ते मजबूर ने, ਇਹ ਜਿਹੜੀ ਹੈ ਹੁਣ ਆਲਮੋਸਟ ਰੋਜ਼ਮਰਾ ਦੀ ਗੱਲ ਬਣ ਗਈ ਹੈ, ਉਹਦਾ ਨੋਟਿਸ ਲੈਣਾ ਵੀ ਬੰਦ ਕਰ ਦਿੱਤਾ ਗਿਆ। ਹਰਿਆਣੇ ਦੇ ਵਿੱਚ ਬੇਸ਼ੱਕ ਜਾਟ ਰਿਜ਼ਰਵੇਸ਼ਨ ਇੱਕ ਜਿਹੜਾ ਹੈ ਉਹ ਅੰਦੋਲਨ ਦੇ ਤੌਰ 'ਤੇ ਉਭਰਿਆ, ਪਰ ਇਹ ਗੱਲ ਸਿਰਫ ਇਸ ਲਈ ਨਹੀਂ ਸੀ ਕਿ ਜੇ ਹਰਿਆਣੇ ਦਾ ਮੁੱਖ ਮੰਤਰੀ ਨੌਨ ਜਾਟ ਖੱਟੜ ਬਣਾ ਦਿੱਤਾ ਹੈ ਅਤੇ ਜਾਟਾਂ ਨੂੰ ਪਾਵਰ ਨਹੀਂ, ਕਿਸਾਨੀ ਸੈਕਟਰ ਨਾਲ ਜੁੜੇ ਹੋਏ ਜਾਂ ਹਿੰਦੂਤਵੀ ਦੀ ਵਿਚਾਰਧਾਰਾ ਨੂੰ ਕੋਈ ਉਹ ਪਰਨਾਏ ਹੋਏ ਨਹੀਂ ਨੇ, ਲੇਕਿਨ ਭਾਵੇਂ ਉਹਨਾਂ 'ਚ ਵੱਡਾ ਤਬਕਾ ਆ ਰਹੀ ਹੈ ਸਮਾਜੀ ਹੈ ਜਾਂ ਦੂਜੇ, ਲੇਕਿਨ ਉਹ ਕੋਈ ਬੀਜੇਪੀ ਜਾਂ ਆਰਐਸਐਸ ਹਮਾਇਤੀ ਨਹੀਂ ਨੇ, ਔਰ ਉਹ ਵੀ ਅੰਦੋਲਨ ਅੱਡ ਅੱਡ ਸ਼ੇਪਸ ਦੇ ਵਿੱਚ ਜਿਹੜਾ ਹੈ ਉਹ ਗੁਜ਼ਰ ਰਿਹਾ। ਅਸੀਂ ਜਦੋਂ ਗੁਜਰਾਤ ਦੇ ਪਟੇਲਾਂ ਦੀ ਰਿਜ਼ਰਵੇਸ਼ਨ ਦੀ ਗੱਲ ਨਾਲ ਸੰਬੰਧਿਤ ਸਾਰੇ ਪਾਰਟ ਨੂੰ ਦੇਖਿਆ ਡਿਸਕਸ ਕੀਤਾ, ਹੁਣ ਗੁਜਰਾਤ ਦੇ ਵਿੱਚ ਜਿਹੜੇ ਪਟੇਲ ਨੇ ਵੱਡਾ ਹਿੱਸਾ ਉਹਨਾਂ ਦਾ ਉਹ ਖੇਤੀਬਾੜੀ ਨਾਲ ਜੁੜੇ ਹੋਏ ਨੇ, ਵਪਾਰੀ ਵੀ ਨੇ ਲੇਕਿਨ ਵੱਡਾ ਹਿੱਸਾ ਉਹਨਾਂ ਦੇ ਅੱਡ ਅੱਡ ਅੱਗੋਂ ਗੋਥ ਨੇ, ਔਰ ਜਿਵੇਂ ਉਹਨਾਂ ਦੇ ਹਾਰਦਿਕ ਪਟੇਲ ਨੇ ਕਲੇਮ ਕੀਤਾ ਸੀ ਗੁਜਰਾਤ ਬਿਹਾਰ ਯੂਪੀ ਰਾਜਸਥਾਨ ਇੰਨੇ 100 million ਅਸੀਂ ਹੈਗੇ, ਸੋ ਕੁੱਲ ਮਿਲਾ ਕੇ ਉਹਦੇ 'ਚ ਵੀ ਕਿਵੇਂ ਉਹਨੂੰ ਕਰਟੇਲ ਕੀਤਾ ਗਿਆ, ਔਰ ਉਹਦੀ ਥਾਂ 'ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪਟੇਲਾਂ ਨੂੰ ਸਬਕ ਸਿਖਾਓ, ਹਰਿਆਣੇ 'ਚ ਨੌਨ ਜਾਟ ਚੀਫ ਮਿਨਿਸਟਰ, ਗੁਜਰਾਤ ਦੇ ਵਿੱਚ ਨੌਨ ਪਟੇਲ ਕਿਸੇ ਨੂੰ ਲਿਆ ਕੇ ਖੜਾ ਕਰ ਦਿੱਤਾ। ਹੁਣ ਮਹਾਰਾਸ਼ਟਰ ਮਰਾਠੇ ਜਿਹੜੇ ਨੇ ਇਹ ਉਹ ਅੰਦੋਲਨ ਹੈ ਜਿਹੜਾ ਬੇਸ਼ੱਕ ਸਮਰੱਥ ਰਾਮਦਾਸ ਜਿਹੜੇ ਕਿ ਮਰਾਠਿਆਂ ਦੇ ਜਿਹੜੇ ਜਿਹਨਾਂ ਨੇ ਚੇਂਜ ਲਿਆਂਦੀ ਸ਼ਿਵਾਜੀ ਦਾ ਗੁਰੂ ਸੀ, ਉਹਨਾਂ ਦੀ ਮਾਂ ਜੀਜਾਬਾਈ ਉਹਦੀ ਫੋਲੋਅਰ ਸੀ, ਔਰ ਜਿਹੜਾ ਰੈਵੋਲਿਊਸ਼ਨ ਮਰਾਠਿਆਂ ਦੇ ਵਿੱਚ ਆਇਆ ਚੇਂਜ ਦਾ, ਉਹਨਾਂ ਦੇ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼੍ਰੀਨਗਰ ਗੜਵਾਲ ਦੇ ਵਿੱਚ ਹੈ ਜਿਹੜਾ ਜੰਮੂ ਕਸ਼ਮੀਰ ਵਾਲਾ ਨੇ ਉੱਥੇ ਮਿਲੇ, ਔਰ ਉੱਥੇ ਉਹਨੇ ਜਿਹੜੇ ਉਹ ਡਾਇਲੋਗ ਹੈ ਉਹਨੇ ਸਮਰੱਥ ਰਾਮਦਾਸ ਨੇ ਕਿਹਾ ਕਿ ਜੀ ਇਹ ਤੁਸੀਂ ਗੁਰੂ ਨਾਨਕ ਦੇ ਫਕੀਰ ਸਨ ਅਤੇ ਤੁਸੀਂ ਘੋੜੇ ਸ਼ਸਤਰ ਪਰਿਵਾਰ ਠਾਠ ਬਾਠ ਇਹ ਕੀ ਹੈ, ਇਹ ਤਾਂ ਕੋਈ ਅਧਿਆਤਮ ਨਾਲ ਕੋਈ ਗੱਲ ਬਣਦੀ ਨਹੀਂ। ਅਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ, ਕਿ ਵੀ ਅਸੀਂ ਸ਼ਸਤਰ ਚੁੱਕੇ ਨੇ ਗਰੀਬ ਨੂੰ ਪ੍ਰੋਟੈਕਟ ਕਰਨ ਦੇ ਲਈ ਔਰ ਜਿਹੜਾ ਜ਼ੁਲਮ ਕਰਨ ਵਾਲਾ ਉਹਨੂੰ ਸਜ਼ਾ ਦੇਣ ਦੇ ਲਈ। ਔਰ ਉਹਨੇ ਸਮਰੱਥ ਰਾਮਦਾਸ ਨੇ ਕਿਹਾ ਜੀ ਇਹ ਬਾਤ ਮੇਰੇ ਮਨ ਕੋ ਭਾਵਤੀ ਹੈ, ਕਿ ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਕਿਵੇਂ ਸ਼ਿਵਾਜੀ ਦੇ ਰੂਪ 'ਚ ਚੈਲੰਜ ਹੋਇਆ ਔਰੰਗਜ਼ੇਬ ਦੀ ਸਲਤਨਤ ਨੂੰ, ਬਾਅਦ ਦੇ ਵਿੱਚ ਮਰਾਠੇ ਇੱਕ ਬੜੀ ਆਲ ਇੰਡੀਆ ਪਾਵਰ ਬਣ ਕੇ ਉਭਰੇ, ਦਿੱਲੀ ਉਹਨਾਂ ਦੇ ਕੰਟਰੋਲ 'ਚ ਰਿਹਾ, ਬੇਸ਼ੱਕ ਬਾਅਦ 'ਚ ਸ਼ਿਵਾਜੀ ਦਾ ਮੁੰਡਾ ਸ਼ੰਭੂ ਜੀ ਜਾਂ ਦੂਜਾ ਔਰੰਗਜ਼ੇਬ ਦੀ ਸ਼ੈਲਟਰ, ਪਰ ਬਾਅਦ 'ਚ ਪੇਸ਼ਵਾ ਆਏ ਔਰ ਮਰਾਠਾ ਐਮਪਾਇਰ ਜਦੋਂ ਅੰਗਰੇਜ਼ਾਂ ਨੇ
कश्मीर तो कन्याकुमारी नहीं बर्मा तो लैके इतों तक सारा कंट्रोल किया है ते तीन एम्पायर जड़े आ उन्होंने डिस्ट्रॉय किए ज हड़प्पे उन्होंने मराठा एम्पायर सी दिल्ली दे विच बहादुर शाह जफर दे नाल एंड सी मुगल एम्पायर दा और सिख एम्पायर सी जिहड़ा 1849 च उन्होंने करके और भारत दे उत्ते कब्जा किया पर और मराठिया ने हमेशा ही बेशक अज दा जदों असी देखदे हां महाराष्ट्र उहदे च उन्हां दी आबादी 30% दे करीब है लेकिन ईवन ना ही अपने आप च दसदा वी इक पासे राष्ट्र कहिंदे ने देश नूं ते जदों मराठा जबान ते आधारित सूबा बनिया तो उन्होंने कहा महाराष्ट्र कि असीं राष्ट्र तो भी उत्तों दे और शिवाजी के खिलाफ कोई एक गल कह के दिखाए लिख के दिखाए कितने भी किवें बाल ठाकरे ने अपना उत्थे राज चलाया अज भी उहदा भतीजा होए उहदा मुंडा होए उही रन करदे ने और लगता है भी शायद महाराष्ट्र च तो है ही मराठियां दा सब कुछ ठीक ठाक है लेकिन यह स्टोरी जिहड़ी मैं समझदा भी एक अच्छे पत्रकार ने राजेश जोशी ने लिखी बीबीसी की सर्विस लई और उहदा टाइटल ही यह है कि लखां मराठे महाराष्ट्र सड़कां ते क्यों उतरे जी और इहदे चों मेरे लिए भी बहुत चीज़ां जानकारी वालियां सी कि जिवें असी ये पढ़ते हैं कि महाराष्ट्र च और महाराष्ट्र के खास मराठवाड़ा रीजन च हज़ारां किसान हर साल आत्मघात कर रहे हैं लेकिन मैं ये नहीं सी पता भी वह हज़ारां आलमोस्ट 95% जड़े ने वह मराठे ने जिवें पंजाब दे विच आत्मघात करने वाले सिख किसान ने हुण ये जड़ा पार्ट है कि भी ये जड़ा सारा कुछ चल रहा सी और देखने नूं लगदा है हुण इन्हां ने बीजेपी ने जड़ा उत्थे महाराष्ट्र का चीफ मिनिस्टर बनाया क्योंकि डोमीनेंट पार्टी वो ब्राह्मण है उन्होंने 3.5% आबादी है सो मराठियां दा बोलबाला होने के बावजूद बाल ठाकरे जां उहदी जिहड़ी शिवसेना दे होने के बावजूद क्यों इस लैवल तक ये गल गई है और दर्शक स्क्रीन दे उत्ते देखणगे कि हुण ये जिहड़ा एक लहर पिछले 1.5 महीने तो चली हुई है और बाकी मीडिया ने आलमोस्ट गोल किया है छोटे छोटे शहरां कस्बियां च लखां जिहड़े लोग ने उह सड़कां दे उतरे हुए ने और उन्हां दे विच जिहड़े कई उन्हां दे प्रोटेस्ट इन्ने पावरफुल ने कि 3-3 किलोमीटर लंबी लाइन लगी हुंदी है और इहदे च आलमोस्ट सारे मराठे ही हुंदे ने इह जिहड़ी लहर है औरंगाबाद तो शुरू हुई फिर उस्मानाबाद जलगाम नंदेड़ इह सारे च जिहड़ा लखां दी गिणती दे विच लोग बाहर निकलदे ने और पिछले दिनों दे विच नांदेड़ लातूर और एक जिहड़ा प्रोटेस्ट जिहड़ी पिक्चर देख रहे ने 8 लाख दे करीब जिहड़े लोग ने ये सड़कां दे उत्ते उतरे ने और उन्हां दा मैनूं जिहड़ी हैरानी हुई भी हालांकि बहुत डिसिप्लिनड पार्ट है और उन्हां दी जिहड़ी किवें उह चेहरा चलदा है कि भी सब तो अगे 4 जां 5 कुड़ियां उन्हूं लीड करदियां ने उन्हां पिछे फिर स्कूल स्टूडेंट दूजे ने फिर उन्हां दे पिछे और ये इन्हां दा बीबीसी स्टोरी का कहना भी इस अंदोलन का कोई चेहरा नहीं है कॉलेज दियां स्कूल जां कॉलेज दियां 5-10 कुड़ियां अगे लीड कर दियां कलैक्टर नूं मंग पत्र दिंदियां उन्हां दे पिछे फिर होर लड़कियां हुंदियां ने फिर मेल स्टूडेंट हुंदे ने नौजवान फिर सारे समाजां दे लोग पार्टियां और सब तो पिछे सफाई ब्रिगेड हुंदा है जिहड़ा कि जिथे जिथे कोई कचरा जां कूड़ा करकट हुंदा है राह दे विच उहनूं साफ करदे जांदे ने और जिहड़ी नंदेड़ दे विच रैली हुई उहदे च 8 लाख लोग जमा होए हुण 21 तरीक नूं शोलापुर फिर पूना फिर सतारा फिर कोल्हापुर दे विच ये चलेगा और 15 अक्तूबर तक ये सारे पासे चलेगा और उन्होंने कहा भी ये जी सारा बिहाइंड है जोड़े अमरीका यूरोप के पढ़ के कुछ मराठिया के नौजवान गए ज उत्थे बैठे ने वो देख रहे हैं भी साढ़ा तो एवं फोका टौर टप्पा ही असी है साढ़े तो पल ही कुछ नहीं है भी असी साडा समाज बहुत बुरी तरह पछड़ गया है साड़ी किसानी की मंद हाली है कोई नौकरियां नहीं है कोई हायर अप्स नहीं ने और इहदा एक पार्ट जिहड़ा मैं जदों कहा कि भी समाजिक कांग्रेस चल रहा और हिंदुत्ववादी विचारधारा नूं इह गल लीरो लीर कर रही है कि एक पासे उही महाराष्ट्र है जिथे कि दलित एम्पावरमेंट की गल भी है और असी जिक्र किया कि भी किवें वह नागपुर होए ज जिहड़े नियो बुद्धिस्ट ने वह सारा दलित बेस है जी और क्योंकि दलित मोर एम्पावर हो रहे हैं तो उदे तो भी मराठे इनसिक्योर ने और उन्होंने एक मंग ये भी उठ रही है कि जी जिहड़ा एक कानून है जिहदे थले जे किसी दलित नूं कोई जाति सूचक शब्द बोलिया जाए
ਤੇ ਉਸ ਦੇ ਲਈ ਬਹੁਤ ਕਰੜੀ ਸਜ਼ਾ ਹੁੰਦੀ ਹੈ ਉਸ ਕਾਨੂੰਨ 'ਚ ਤਬਦੀਲੀ ਵੀ ਮੰਗਦੇ ਨੇ ਸੋ ਕੁੱਲ ਮਿਲਾ ਕੇ ਇਹ ਜਿਹੜਾ ਇਕਨੋਮਿਕਲ ਐਕਸਪਲੋਇਟੇਸ਼ਨ ਹੈ ਔਰ ਇਹਨੇ ਅਖੀਰ ਸਟੋਰੀ 'ਚ ਬੀਬੀਸੀ ਦੇ ਇਸ ਕੋਰਸਪੋਂਡੈਂਟ ਨੇ ਕਿਹਾ ਕਿ ਕੀ ਇਹ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਵਾਲੇ RSS ਤੇ BJP ਦੇ ਲਈ ਬੁਰੀ ਖਬਰ ਨਹੀਂ ਹੈ ਇੱਕ ਪਾਸੇ ਉਹ ਇੱਕ ਸੋਸ਼ਲ ਹਾਰਮਨੀ ਔਰ ਲਗਾਤਾਰਤਾ ਦੀ ਗੱਲ ਕਰਦੇ ਨੇ ਔਰ ਉਹਦੇ 'ਚ ਉਹਨੇ ਕਿਹਾ ਕਿ RSS ਤੇ BJP ਹਿੰਦੂ ਸਮਾਜ ਨੂੰ ਜੋੜਨ ਦੀ ਗੱਲ ਕਰਦੀ ਹੈ ਪਰ ਇਹ ਜਿਹੜੇ ਖਾਨਿਆਂ ਦੇ ਵਿੱਚ ਸਮਾਜ ਵੱਡਦਾ ਜਾ ਰਿਹਾ ਇਹਦੇ 'ਚੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ RSS ਦਾ ਇੱਕ ਮਾਡਲ ਹੈ ਕਿ ਜਿੱਥੇ ਕੋਈ ਸਮੁਦਾਇ ਜਾਂ ਕੋਈ ਗਰੁੱਪ ਇੰਨਾ ਤਾਕਤਵਰ ਹੈ ਕਿ ਉਹ ਪਾਵਰ ਦੇ ਵਿੱਚ ਹੈ ਉਹਨੂੰ ਤੁਸੀਂ ਡੀ ਥਰੋਨ ਕਰੋ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਸ ਤਰ੍ਹਾਂ ਹਰਿਆਣੇ 'ਚ ਗੈਰ ਜੱਟ ਨੂੰ ਮੁੱਖ ਮੰਤਰੀ ਬਣਾਉਣਾ ਗੈਰ ਜਾਟ ਨੂੰ ਗੁਜਰਾਤ ਦੇ ਵਿੱਚ ਗੈਰ ਪਟੇਲ ਨੂੰ ਮੁੱਖ ਮੰਤਰੀ ਬਣਾਉਣਾ ਮਹਾਰਾਸ਼ਟਰ 'ਚ ਇੱਕ ਗੈਰ ਮਰਾਠੇ ਨੂੰ ਮੁੱਖ ਮੰਤਰੀ ਦੇ ਕੁਰਸੀ 'ਤੇ ਬਿਠਾਇਆ ਹੋਇਆ ਔਰ ਉਹਨਾਂ ਨੇ ਕਿਹਾ ਵੀ ਹੁਣ BJP RSS ਜਿਹੜੀ ਹੈ ਉਹ ਵਾਚ ਐਂਡ ਸੀ ਪੋਲਿਸੀ ਦੇਖ ਰਹੀ ਹੈ ਔਰ ਭਾਵੇਂ ਇਹਦੇ 'ਚ ਇਹਨੇ ਨਹੀਂ ਕਿਹਾ ਔਰ ਮੈਂ ਇਹ ਸਮਝਦਾ ਵੀ ਜੇ ਆਮ ਆਦਮੀ ਪਾਰਟੀ ਦਾ ਰਾਈਜ਼ ਪੰਜਾਬ ਦੇ ਵਿੱਚ ਦੇਖੀਏ ਕਿ ਸਿੱਖ ਡੋਮੀਨੇਟਿਡ ਜਾਂ ਕਿਸਾਨੀ ਡੋਮੀਨੇਟਿਡ ਸਟੇਟ ਦੇ ਵਿੱਚ ਲਿਆ ਕੇ ਤੁਸੀਂ UP ਦੇ ਜਿਹੜੇ ਨੇ UP ਹਰਿਆਣੇ ਦੇ ਬਿਠਾ ਦਿਓ ਸੋ ਇਹ ਵੀ RSS ਦੇ ਉਸ ਮਾਡਲ ਦੇ ਵਿੱਚ ਫਿੱਟ ਬਹਿੰਦਾ ਜਿਹੜਾ ਮਾਡਲ ਕਿ ਹਰਿਆਣੇ ਦੇ ਵਿੱਚ ਗੁਜਰਾਤ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ RSS ਨੇ ਦਿੱਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹੀ ਕਾਰਨ ਹੋ ਸਕਦਾ ਕਿਉਂਕਿ ਇਹ ਗੱਲ ਚੈਲੰਜ ਕੀਤੀ ਗਈ ਕੇਜਰੀਵਾਲ ਨੂੰ ਵੀ ਬੇਸ਼ੱਕ ਉਹ ਮੋਦੀ ਦੇ ਖਿਲਾਫ ਬਿਆਨਬਾਜ਼ੀ ਹੈ ਵੀ ਕਦੇ ਵੀ RSS ਦੇ ਖਿਲਾਫ ਕੇਜਰੀਵਾਲ ਦੀ ਕੋਈ ਸਟੇਟਮੈਂਟ ਔਨ ਰੈਕਰਡ ਨਹੀਂ ਹੈ ਸੋ ਅਸੀਂ ਇਸ ਨੂੰ ਇੱਥੇ ਹੀ ਛੱਡਦੇ ਹਾਂ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਅੰਦਰੂਨੀ ਹਲਕਿਆਂ ਦੇ ਵਿੱਚ ਤਬਦੀਲੀ ਹੋ ਰਹੀ ਹੁੰਦੀ ਹੈ ਸਮਾਜ ਦੇ ਅਤੇ ਕਈ ਵਾਰ ਉਹ ਇੱਕ ਲਾਵਾ ਬਣ ਕੇ ਫੁੱਟਦੀ ਹੈ ਅਤੇ ਇਹ ਜਿਹੜਾ ਹਿੰਦੂਤਵਾ ਔਰ ਇੱਕ ਹਿੰਦੂ ਥਾਟ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹ ਡਿਵੈਲਪਮੈਂਟਸ ਜਿਹੜੀਆਂ ਹਰਿਆਣੇ ਦੇ ਵਿੱਚ ਮਹਾਰਾਸ਼ਟਰ 'ਚ ਗੁਜਰਾਤ 'ਚ ਹੋ ਰਹੀਆਂ ਨੇ ਇਹ ਉਸ ਸਭ ਨੂੰ ਜਿਹੜਾ ਚੈਲੰਜ ਕਰਦੇ ਜੀ ਬਿਲਕੁਲ ਡਾਕਟਰ ਸਾਹਿਬ ਇੱਥੇ ਲੈਂਦੇ ਹਾਂ ਬ੍ਰੇਕ ਵਿਊਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ